ਤਾਂ ਹਨੂੰਮਾਨ ਜਯੰਤੀ ਦੇ ਇਸ ਪਵਿੱਤਰ ਅਵਸਰ ਦੇ ਉੱਤੇ ਲੋਕ ਸ਼ਰਧਾ ਭਾਵਨਾ ਦੇ ਨਾਲ ਇੱਥੇ ਪੂਜਾ ਕਰਦੇ ਨੇ, ਫੁੱਲ ਚੜਾਉਂਦੇ ਨੇ, ਦੀਪਕ ਜਲਾ ਕੇ ਜਾਂਦੇ ਨੇ ਇੱਥੇ, ਅਤੇ ਕਿਹਾ ਜਾਂਦਾ ਹੈ ਕਿ ਸੰਕਟ ਮੋਚਨ ਹਨੂੰਮਾਨ ਜੀ ਦੀ ਜਯੰਤੀ 'ਤੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਕਈ ਜਿਹੜੀਆਂ ਪੂਜਾ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ ਦੇ ਵਿੱਚ ਹੈ, ਅਤੇ ਉਪਾਅ ਵੀ ਇੱਥੇ ਲੋਕ ਕਰਦੇ ਨੇ ਇਸ ਸ਼ੁਭ ਅਵਸਰ ਦੇ ਉੱਤੇ। ਜੇਕਰ ਅਸੀਂ ਹਨੂੰਮਾਨ ਜਯੰਤੀ 'ਤੇ ਉਹਨਾਂ ਨੂੰ 5 ਖਾਸ ਚੀਜ਼ਾਂ ਭੇਟ ਕਰਦੇ ਹਾਂ ਤਾਂ ਉਹ ਖੁਸ਼ ਹੋ ਜਾਂਦੇ ਨੇ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਨੇ। ਅਤੇ ਇਸਦੇ ਨਾਲ ਹੀ ਆਓ ਜਾਣਦੇ ਹਾਂ ਕਿ ਹਨੂੰਮਾਨ ਜੀ ਨੂੰ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜੋ ਭੇਟ ਕਰਨ ਦੇ ਲਈ ਕਿਹਾ ਜਾਂਦਾ ਹੈ, ਅਤੇ ਹਨੂੰਮਾਨ ਜੀ ਇਸ ਦੇ ਨਾਲ ਬੇਹੱਦ ਖੁਸ਼ ਹੁੰਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਣੇ ਦੁੱਖ ਸਾਂਝੇ ਕਰਨ ਆਉਂਦੇ ਨੇ ਭਗਤ ਹਨੂੰਮਾਨ ਜੀ ਦੇ ਨਾਲ, ਆਪਣੀਆਂ ਜਿਹੜੀਆਂ ਸੰਕਟ ਨੇ ਉਹਨਾਂ ਨੂੰ ਹਰਨ ਦੇ ਲਈ ਹਨੂੰਮਾਨ ਜੀ ਦੇ ਕੋਲ ਗੱਲਾਂ ਦੱਸਣ ਆਉਂਦੇ ਨੇ ਸੰਕਟ ਮੋਚਨ ਨੂੰ, ਕਿ ਕੀ ਪਰੇਸ਼ਾਨੀਆਂ ਨੇ, ਸਾਨੂੰ ਸਾਡਾ ਹਮੇਸ਼ਾ ਸਾਥ ਦੇਣਾ, ਕਦੀ ਵੀ ਸਾਥ ਨਾ ਛੱਡਣਾ। ਤਾਂ ਹਨੂੰਮਾਨ ਜਯੰਤੀ ਹੈ ਅਤੇ ਇਸ ਸ਼ੁਭ ਅਵਸਰ ਦੇ ਉੱਤੇ ਹਰ ਰੋਜ਼ ਮੌਕਾ ਨਹੀਂ ਮਿਲਦਾ ਇਹ ਰੂਪ ਦੇਖਣ ਦਾ ਹਨੂੰਮਾਨ ਜੀ ਦਾ, ਜਿੱਥੇ ਕਿ ਕਿਹਾ ਜਾਂਦਾ ਹੈ ਕਿ ਲਾਲ ਕੱਪੜਾ ਹਨੂੰਮਾਨ ਜੀ ਨੂੰ ਚੜ੍ਹਾਉਣਾ ਚਾਹੀਦਾ ਹੈ ਕਿਉਂਕਿ ਇਹ ਹਨੂੰਮਾਨ ਜੀ ਦੇ ਮਨਪਸੰਦ ਕੱਪੜੇ ਨੇ। ਅਤੇ ਦੱਸ ਦਈਏ ਕਿ ਲਾਲ ਕੱਪੜਾ ਚੜ੍ਹਾਉਣ ਦੇ ਨਾਲ ਭਗਵਾਨ ਹਨੂੰਮਾਨ ਜੀ ਪ੍ਰਸੰਨ ਹੁੰਦੇ ਨੇ ਅਤੇ ਭਗਤਾਂ ਨੂੰ, ਆਪਣੇ ਪਿਆਰੇ ਭਗਤਾਂ ਨੂੰ ਆਸ਼ੀਰਵਾਦ ਵੀ ਦਿੰਦੇ ਨੇ। ਇਸ ਨਾਲ ਹੀ ਧਾਗਾ ਕਿਹਾ ਜਾਂਦਾ ਕਿ ਧਾਗਾ ਜੇ ਆਪਾਂ ਚੜ੍ਹਾਇਆ ਜਾਵੇ ਕੱਪੜਿਆਂ ਤੋਂ ਇਲਾਵਾ ਹਨੂੰਮਾਨ ਜੀ ਨੂੰ, ਇਹ ਪਵਿੱਤਰ ਧਾਗਾ ਚੜ੍ਹਾਉਣਾ ਚਾਹੀਦਾ ਕਿਉਂਕਿ ਇਸ ਨੂੰ ਬ੍ਰਹਮ ਸਮੱਗਰੀ ਵੀ ਮੰਨਿਆ ਜਾਂਦਾ। ਜੇਕਰ ਤੁਸੀਂ ਪਵਿੱਤਰ ਧਾਗੇ ਦੇ ਉੱਤੇ ਸੰਧੂਰ ਲਗਾ ਕੇ ਹਨੂੰਮਾਨ ਜੀ ਨੂੰ ਚੜ੍ਹਾਉਂਦੇ ਹੋ ਤਾਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਅਤੇ ਇਸ ਤੋਂ ਇਲਾਵਾ ਭੋਜਨ, ਕਿਹੜਾ ਭੋਜਨ ਹਨੂੰਮਾਨ ਜੀ ਨੂੰ ਇਸ ਪਵਿੱਤਰ ਦਿਨ 'ਤੇ ਚੜ੍ਹਾਉਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਜੇਕਰ ਤੁਸੀਂ ਨਿਯਮਿਤ ਤੌਰ ਦੇ ਉੱਤੇ ਹਨੂੰਮਾਨ ਜੀ ਨੂੰ ਲੱਡੂ, ਤੁਲਸੀ ਦੀ ਮਾਲਾ ਅਤੇ ਫਲ ਚੜ੍ਹਾਉਂਦੇ ਹੋ ਤਾਂ ਅਜਿਹਾ ਮੰਨਿਆ ਜਾਂਦਾ ਕਿ ਇਸ ਦੇ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਇਹਨਾਂ ਤੋਂ ਇਲਾਵਾ ਅਦਾਲਤੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਮੰਗਲਵਾਰ ਅਤੇ ਸ਼ਨੀਵਾਰ ਨੂੰ ਇਸ ਚੀਜ਼ ਦਾ ਜਾਪ ਕਰਨਾ ਚਾਹੀਦਾ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂੰਮਾਨ ਚਾਲੀਸਾ, ਬਜਰੰਗ ਬਾਣ ਅਤੇ ਸੁੰਦਰ ਕਾਂਡ ਦਾ ਪਾਠ ਕਰਦੇ ਹੋ ਤਾਂ ਹਨੂੰਮਾਨ ਜੀ ਤੁਹਾਨੂੰ ਹਰ ਤਰ੍ਹਾਂ ਦੀਆਂ ਕਾਨੂੰਨੀ ਰੁਕਾਵਟਾਂ ਤੋਂ ਹਨੂੰਮਾਨ ਜੀ ਸਾਰੇ ਭਗਤਾਂ ਨੂੰ ਮੁਕਤ ਕਰਦੇ ਨੇ। ਅਤੇ ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਨੂੰ ਪ੍ਰਸੰਨ ਕਰਨ ਦੇ ਲਈ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਭਗਤਾਂ ਦੇ ਵੱਲੋਂ ਇੱਕ ਹੋਰ ਅਜਿਹੀ ਚੀਜ਼ ਹੈ ਜਿਹੜੀ ਚੜ੍ਹਾਈ ਜਾਂਦੀ ਹੈ, ਉਹ ਕਹਿੰਦੇ ਨੇ ਕਿ ਲੱਕੜ ਦਾ ਖਡਾਊ। ਹਨੂੰਮਾਨ ਜੀ ਨੂੰ ਲੱਕੜ ਦਾ ਖਡਾਊ ਵੀ ਚੜ੍ਹਾਉਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਖਡਾਊ ਚੜ੍ਹਾਉਣ ਦੇ ਨਾਲ ਰੋਗਾਂ ਅਤੇ ਦਰਦਾਂ ਤੋਂ ਛੁਟਕਾਰਾ ਮਿਲਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਇਹ ਹਿੰਦੂ ਕੈਲੰਡਰ ਮੁਤਾਬਕ ਹਰ ਸਾਲ ਹਨੂੰਮਾਨ ਜੀ ਦਾ ਜਨਮ ਦਿਨ ਚੈਤਰ ਮਹੀਨੇ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ। ਇਸ ਦਿਨ ਹਨੂੰਮਾਨ ਜੀ ਦੇ ਦਰਸ਼ਨ ਅਤੇ ਪੂਜਾ ਕਰਨ ਦੀ ਪਰੰਪਰਾ ਹੈ। ਸੰਕਟ ਮੋਚਨ ਹਨੂੰਮਾਨ ਜੀ ਦੀ ਜਯੰਤੀ 'ਤੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਕਈ ਉਪਾਅ ਵੀ ਕੀਤੇ ਜਾਂਦੇ ਨੇ ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ ਦੇ ਵਿੱਚ ਕੀਤਾ ਗਿਆ। ਜੈ ਸ਼੍ਰੀ ਰਾਮ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਅੰਚਲ ਜੱਗੀ। ਹਨੂੰਮਾਨ ਜਯੰਤੀ ਦੇ ਸ਼ੁਭ ਅਵਸਰ ਦੇ ਉੱਤੇ ਤੁਹਾਨੂੰ ਅਸੀਂ ਅੱਜ ਲੈ ਕੇ ਆਏ ਹਾਂ ਹਨੂੰਮਾਨ ਜੀ ਦੇ ਦਰਬਾਰ ਦੇ ਵਿੱਚ, ਜਿੱਥੇ ਕਿ ਹਨੂੰਮਾਨ ਜੀ ਦੇ ਚਰਨਾਂ ਦੇ ਵਿੱਚ ਤੁਸੀਂ ਜਿਹੜਾ ਨਤਮਸਤਕ ਹੋ ਸਕਦੇ ਹੋ। ਅੱਜ ਦਾ ਦਿਨ ਜਿਹੜਾ ਹੈ ਸ਼ੁਭ ਅਵਸਰ,
ਇਹ ਜਿਹੜਾ ਮੰਨਿਆ ਜਾਂਦਾ ਸ਼ਰਧਾਲੂਆਂ ਦੇ ਲਈ, ਜਿੱਥੇ ਕਿ ਭਗਤ ਜਿਹੜੇ ਨੇ ਹਨੂੰਮਾਨ ਜੀ ਦੇ ਚਰਨਾਂ ਦੇ ਵਿੱਚ ਆ ਕੇ ਹਾਜ਼ਰੀ ਲਵਾਉਂਦੇ ਨੇ, ਪੂਜਾ ਕਰਵਾਉਂਦੇ ਨੇ, ਫੁੱਲ ਚੜਾਉਂਦੇ ਨੇ, ਤਿਲਕ ਲਗਵਾਉਂਦੇ ਨੇ ਮਸਤਕ ਦੇ ਉੱਤੇ ਕੇਸਰੀ ਰੰਗ, ਜੋ ਕਿ ਹਨੂੰਮਾਨ ਜੀ ਦਾ ਪਸੰਦੀਦਾ ਰੰਗ ਹੈ, ਜਿਸ ਦੇ ਨਾਲ ਜਿਹੜਾ ਹਨੂੰਮਾਨ ਜੀ ਪ੍ਰਸੰਨ ਹੁੰਦੇ ਨੇ, ਭਗਤਾਂ ਨੂੰ ਆਸ਼ੀਰਵਾਦ ਦਿੰਦੇ ਨੇ, ਤਾਂ ਦਰਸ਼ਨ ਤੁਸੀਂ ਵੀ ਕਰ ਸਕਦੇ ਹੋ ਅਤੇ ਜ਼ਰੂਰ ਜੈ ਸ਼੍ਰੀ ਰਾਮ ਲਿਖ ਕੇ ਹਾਜ਼ਰੀ ਲਗਵਾਉਣੀ ਹੈ ਹਰ ਭਗਤ ਨੇ, ਸ਼ੇਅਰ ਕਰਨਾ ਹੈ ਹੋਰ ਭਗਤਾਂ ਦੇ ਨਾਲ, ਤਾਂ ਕਿ ਸਾਰੇ ਇਹ ਅਲੌਕਿਕ ਤਸਵੀਰਾਂ ਜਿਹੜੀਆਂ ਨੇ ਦੇਖ ਸਕਣ, ਦਰਸ਼ਨ ਕਰ ਸਕਣ, ਅਤੇ ਇਹ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ। ਜ਼ਰੂਰ ਹਨੂੰਮਾਨ ਜੀ ਦੇ ਚਰਨਾਂ ਦੇ ਵਿੱਚ, ਬਜਰੰਗ ਬਲੀ ਹਨੂੰਮਾਨ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ, ਨਤਮਸਤਕ ਹੋਵੋ, ਕਿਉਂਕਿ ਹਨੂੰਮਾਨ ਜੀ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਭੇਜਦੇ, ਹਮੇਸ਼ਾ ਸੱਚੇ ਦਿਲੋਂ ਮੰਗੀ ਹੋਈ ਮੁਰਾਦ ਪੂਰੀ ਹੀ ਹੁੰਦੀ ਹੈ ਹਨੂੰਮਾਨ ਜੀ ਦੇ ਦਰ 'ਤੇ। ਵਿਸ਼ਵਾਸ ਦੇ ਨਾਲ ਜੇਕਰ ਤਪੱਸਿਆ ਕਰਕੇ ਹਨੂੰਮਾਨ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ ਹੋਵੇ ਅਤੇ ਹਰ ਗੱਲ ਉਹਨਾਂ ਦੇ ਨਾਲ ਆਪਣਾ ਹਰ ਦੁੱਖ ਸਾਂਝਾ ਕੀਤਾ ਹੋਵੇ, ਤਾਂ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਦੇ ਹਨੂੰਮਾਨ ਜੀ। ਤਾਂ ਹਨੂੰਮਾਨ ਜਯੰਤੀ ਦੇ ਇਸ ਪਵਿੱਤਰ ਅਵਸਰ ਦੇ ਉੱਤੇ ਲੋਕ ਸ਼ਰਧਾ ਭਾਵਨਾ ਦੇ ਨਾਲ ਇੱਥੇ ਪੂਜਾ ਕਰਦੇ ਨੇ, ਫੁੱਲ ਚੜਾਉਂਦੇ ਨੇ, ਦੀਪਕ ਜਲਾ ਕੇ ਜਾਂਦੇ ਨੇ ਇੱਥੇ, ਅਤੇ ਕਿਹਾ ਜਾਂਦਾ ਹੈ ਕਿ ਸੰਕਟ ਮੋਚਨ ਹਨੂੰਮਾਨ ਜੀ ਦੀ ਜਯੰਤੀ 'ਤੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਕਈ ਜਿਹੜੀਆਂ ਪੂਜਾ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ ਦੇ ਵਿੱਚ ਹੈ, ਅਤੇ ਉਪਾਅ ਵੀ ਇੱਥੇ ਲੋਕ ਕਰਦੇ ਨੇ ਇਸ ਸ਼ੁਭ ਅਵਸਰ ਦੇ ਉੱਤੇ। ਜੇਕਰ ਅਸੀਂ ਹਨੂੰਮਾਨ ਜਯੰਤੀ 'ਤੇ ਉਹਨਾਂ ਨੂੰ 5 ਖਾਸ ਚੀਜ਼ਾਂ ਭੇਟ ਕਰਦੇ ਹਾਂ ਤਾਂ ਉਹ ਖੁਸ਼ ਹੋ ਜਾਂਦੇ ਨੇ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਨੇ। ਇਸਦੇ ਨਾਲ ਹੀ ਆਓ ਜਾਣਦੇ ਹਾਂ ਕਿ ਹਨੂੰਮਾਨ ਜੀ ਨੂੰ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜੋ ਭੇਟ ਕਰਨ ਦੇ ਲਈ ਕਿਹਾ ਜਾਂਦਾ ਹੈ, ਅਤੇ ਹਨੂੰਮਾਨ ਜੀ ਇਸਦੇ ਨਾਲ ਬੇਹੱਦ ਖੁਸ਼ ਹੁੰਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਣੇ ਦੁੱਖ ਸਾਂਝੇ ਕਰਨ ਆਉਂਦੇ ਨੇ ਭਗਤ ਹਨੂੰਮਾਨ ਜੀ ਦੇ ਨਾਲ, ਆਪਣੀਆਂ ਜਿਹੜੀਆਂ ਸੰਕਟ ਨੇ ਉਹਨਾਂ ਨੂੰ ਹਰਨ ਦੇ ਲਈ ਹਨੂੰਮਾਨ ਜੀ ਦੇ ਕੋਲ ਗੱਲਾਂ ਦੱਸਣ ਆਉਂਦੇ ਨੇ ਸੰਕਟ ਮੋਚਨ ਨੂੰ, ਕੀ ਪਰੇਸ਼ਾਨੀਆਂ ਨੇ, ਸਾਨੂੰ ਸਾਡਾ ਹਮੇਸ਼ਾ ਸਾਥ ਦੇਣਾ, ਕਦੀ ਵੀ ਸਾਥ ਨਾ ਛੱਡਣਾ। ਤਾਂ ਹਨੂੰਮਾਨ ਜਯੰਤੀ ਹੈ ਅਤੇ ਇਸ ਸ਼ੁਭ ਅਵਸਰ ਦੇ ਉੱਤੇ ਹਰ ਰੋਜ਼ ਮੌਕਾ ਨਹੀਂ ਮਿਲਦਾ ਇਹ ਰੂਪ ਦੇਖਣ ਦਾ ਹਨੂੰਮਾਨ ਜੀ ਦਾ, ਜਿੱਥੇ ਕਿ ਕਿਹਾ ਜਾਂਦਾ ਕਿ ਲਾਲ ਕੱਪੜਾ ਹਨੂੰਮਾਨ ਜੀ ਨੂੰ ਚੜ੍ਹਾਉਣਾ ਚਾਹੀਦਾ, ਕਿਉਂਕਿ ਇਹ ਹਨੂੰਮਾਨ ਜੀ ਦੇ ਮਨਪਸੰਦ ਕੱਪੜੇ ਨੇ। ਅਤੇ ਦੱਸ ਦਈਏ ਕਿ ਲਾਲ ਕੱਪੜਾ ਚੜ੍ਹਾਉਣ ਦੇ ਨਾਲ ਭਗਵਾਨ ਹਨੂੰਮਾਨ ਜੀ ਪ੍ਰਸੰਨ ਹੁੰਦੇ ਨੇ ਅਤੇ ਭਗਤਾਂ ਨੂੰ, ਆਪਣੇ ਪਿਆਰੇ ਭਗਤਾਂ ਨੂੰ ਆਸ਼ੀਰਵਾਦ ਵੀ ਦਿੰਦੇ ਨੇ। ਇਸ ਨਾਲ ਹੀ ਧਾਗਾ ਕਿਹਾ ਜਾਂਦਾ ਕਿ ਧਾਗਾ ਜੇ ਆਪਾਂ ਚੜ੍ਹਾਇਆ ਜਾਵੇ ਕੱਪੜਿਆਂ ਤੋਂ ਇਲਾਵਾ ਹਨੂੰਮਾਨ ਜੀ ਨੂੰ, ਇਹ ਪਵਿੱਤਰ ਧਾਗਾ ਚੜ੍ਹਾਉਣਾ ਚਾਹੀਦਾ, ਕਿਉਂਕਿ ਇਸ ਨੂੰ ਬ੍ਰਹਮ ਸਮੱਗਰੀ ਵੀ ਮੰਨਿਆ ਜਾਂਦਾ। ਜੇਕਰ ਤੁਸੀਂ ਪਵਿੱਤਰ ਧਾਗੇ ਦੇ ਉੱਤੇ ਸੰਧੂਰ ਲਗਾ ਕੇ ਹਨੂੰਮਾਨ ਜੀ ਨੂੰ ਚੜ੍ਹਾਉਂਦੇ ਹੋ ਤਾਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਅਤੇ ਇਸ ਤੋਂ ਇਲਾਵਾ ਭੋਜਨ, ਕਿਹੜਾ ਭੋਜਨ ਹਨੂੰਮਾਨ ਜੀ ਨੂੰ ਇਸ ਪਵਿੱਤਰ ਦਿਨ 'ਤੇ ਚੜ੍ਹਾਉਣਾ ਚਾਹੀਦਾ ਹੈ, ਕਿਹਾ ਜਾਂਦਾ ਹੈ ਜੇਕਰ ਤੁਸੀਂ ਨਿਯਮਿਤ ਤੌਰ ਦੇ ਉੱਤੇ ਹਨੂੰਮਾਨ ਜੀ ਨੂੰ ਲੱਡੂ, ਤੁਲਸੀ ਦੀ ਮਾਲਾ ਅਤੇ ਫਲ ਚੜ੍ਹਾਉਂਦੇ ਹੋ ਤਾਂ ਅਜਿਹਾ ਮੰਨਿਆ ਜਾਂਦਾ ਕਿ ਇਸ ਦੇ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਇਹਨਾਂ ਤੋਂ ਇਲਾਵਾ ਅਦਾਲਤੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਮੰਗਲਵਾਰ ਅਤੇ ਸ਼ਨੀਵਾਰ ਨੂੰ ਇਸ ਚੀਜ਼ ਦਾ ਜਾਪ ਕਰਨਾ ਚਾਹੀਦਾ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂੰਮਾਨ ਚਾਲੀਸਾ, ਬਜਰੰਗ ਬਾਣ ਅਤੇ ਸੁੰਦਰ ਕਾਂਡ ਦਾ ਪਾਠ ਕਰਦੇ ਹੋ ਤਾਂ ਹਨੂੰਮਾਨ ਜੀ ਤੁਹਾਨੂੰ ਹਰ ਤਰ੍ਹਾਂ ਦੀਆਂ ਕਾਨੂੰਨੀ ਰੁਕਾਵਟਾਂ ਤੋਂ, ਹਨੂੰਮਾਨ ਜੀ ਸਾਰੇ ਭਗਤਾਂ ਨੂੰ
ਮੁਕਤ ਕਰਦੇ ਨੇ। ਅਤੇ ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਨੂੰ ਪ੍ਰਸੰਨ ਕਰਨ ਦੇ ਲਈ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਭਗਤਾਂ ਦੇ ਵੱਲੋਂ ਇੱਕ ਹੋਰ ਅਜਿਹੀ ਚੀਜ਼ ਹੈ ਜਿਹੜੀ ਚੜ੍ਹਾਈ ਜਾਂਦੀ ਹੈ, ਉਹ ਕਹਿੰਦੇ ਨੇ ਕਿ ਲੱਕੜ ਦਾ ਖਡਾਊ। ਹਨੂੰਮਾਨ ਜੀ ਨੂੰ ਲੱਕੜ ਦਾ ਖਡਾਊ ਵੀ ਚੜ੍ਹਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਬਹੁਤ ਪਿਆਰਾ ਲੱਗਦਾ ਹੈ। ਖਡਾਊ ਚੜ੍ਹਾਉਣ ਦੇ ਨਾਲ ਰੋਗਾਂ ਅਤੇ ਦਰਦਾਂ ਤੋਂ ਛੁਟਕਾਰਾ ਮਿਲਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਇਹ ਹਿੰਦੂ ਕੈਲੰਡਰ ਮੁਤਾਬਕ ਹਰ ਸਾਲ ਹਨੂੰਮਾਨ ਜੀ ਦਾ ਜਨਮ ਦਿਨ ਚੈਤਰ ਮਹੀਨੇ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ। ਇਸ ਦਿਨ ਹਨੂੰਮਾਨ ਜੀ ਦੇ ਦਰਸ਼ਨ ਅਤੇ ਪੂਜਾ ਕਰਨ ਦੀ ਪਰੰਪਰਾ ਹੈ। ਸੰਕਟ ਮੋਚਨ ਹਨੂੰਮਾਨ ਜੀ ਦੀ ਜਯੰਤੀ 'ਤੇ ਉਹਨਾਂ ਦਾ ਆਸ਼ੀਰਵਾਦ ਲੈਣ ਦੇ ਲਈ ਕਈ ਉਪਾਅ ਵੀ ਕੀਤੇ ਜਾਂਦੇ ਨੇ ਜਿਨ੍ਹਾਂ ਦਾ ਜ਼ਿਕਰ ਸ਼ਾਸਤਰਾਂ ਦੇ ਵਿੱਚ ਕੀਤਾ ਗਿਆ। ਸੰਕਟ ਮੋਚਨ ਹਨੂੰਮਾਨ ਜੀ ਦੇ ਭਗਤ ਜਿਹੜੇ ਨੇ ਉਹ ਜੈ ਸ਼੍ਰੀ ਰਾਮ ਲਿਖ ਕੇ ਜ਼ਰੂਰ ਹਾਜ਼ਰੀ ਲਵਾਉਣਾ ਕਮੈਂਟਾਂ ਦੇ ਵਿੱਚ, ਅਤੇ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰਨਾ ਤਾਂ ਕਿ ਸਾਰੇ ਹਨੂੰਮਾਨ ਜੀ ਬਜਰੰਗ ਬਲੀ ਜੀ ਦੇ ਦਰਸ਼ਨ ਕਰ ਸਕਣ। ਮੈਂ ਤੁਹਾਡੇ ਨਾਲ ਆਂਚਲ ਜੱਗੀ ਵਿਦ ਕੈਮਰਾ ਪਰਸਨ ਗੁਰਪ੍ਰੀਤ।